ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਮਸਿੰਗ ਦਿਗਪਾਲ। ਲੋਕ ਸਭਾ ਚੋਣਾਂ 2024 ਦੀਆਂ ਨੂੰ ਕੁਝ ਹੀ ਘੰਟੇ ਬਚੇ ਨੇ ਤਾਂ 7ਵੇਂ ਅਤੇ ਆਖਰੀ ਗੇੜ ਦੇ ਵਿੱਚ ਪੰਜਾਬ ਦੇ ਵਿੱਚ ਵੋਟਿੰਗ ਹੋਣੀ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਤੋਂ, ਜਿੱਥੇ ਕੁਝ ਹੀ ਦੇਰ ਪਹਿਲਾਂ ਲੁਧਿਆਣਾ ਡੀ ਸੀ ਅਤੇ ਮੁੱਖ ਚੋਣ ਅਫਸਰ ਸਾਕਸ਼ੀ ਸਨੇਹ ਇੱਥੇ ਪਹੁੰਚਦੇ ਨੇ ਤਾਂ ਪੋਲਿੰਗ ਏਜੰਟਾਂ ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ, ਉਸ ਤੋਂ ਬਾਅਦ ਹੁਣ EVM ਮਸ਼ੀਨਾਂ ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ SCD ਗੌਰਮੈਂਟ ਕਾਲਜ ਆਫ ਬੋਆਏ, ਜਿੱਥੇ ਤਿਆਰੀਆਂ ਜਿਹੜੀਆਂ ਕਿ ਕੀਤੀਆਂ ਜਾ ਰਹੀਆਂ ਨੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ। ਤਾਂ 7ਵੇਂ ਅਤੇ ਆਖਰੀ ਗੇੜ ਦੇ ਵਿੱਚ ਪੰਜਾਬ ਦੇ ਨਾਲ 8 ਸੂਬਿਆਂ ਦੇ ਵਿੱਚ ਜਿਹੜੀਆਂ ਕਿ ਚੋਣਾਂ ਨੇ ਉਹ ਹੋਣੀਆਂ ਨੇ। ਤਾਂ ਗੱਲ ਜੇਕਰ ਲੁਧਿਆਣਾ ਦੀ ਕਰੀਏ ਤਾਂ ਲੁਧਿਆਣਾ ਦੇ ਵਿੱਚ ਤਿਆਰੀਆਂ ਜਿਹੜੀਆਂ ਕਿ ਪੂਰੀਆਂ ਕੀਤੀਆਂ ਜਾ ਰਹੀਆਂ ਨੇ, ਸੁਰੱਖਿਆ ਨੂੰ ਲੈ ਕੇ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਨੇ। ਤਾਂ ਕੁਝ ਹੀ ਦੇਰ ਪਹਿਲਾਂ ਇੱਥੇ ਲੁਧਿਆਣਾ DC ਮੁੱਖ ਚੋਣ ਅਫਸਰ ਸਾਕਸ਼ੀ ਸਨੇਹ ਪਹੁੰਚਦੇ ਨੇ ਤਾਂ ਪੋਲਿੰਗ ਏਜੰਟਾਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਜਾਂਦੀ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ EVM ਮਸ਼ੀਨਾਂ ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਕੀਤੀਆਂ ਗਈਆਂ ਨੇ। ਤਾਂ ਹੁਣ ਇੱਥੋਂ ਜਿਹੜੀਆਂ ਕਿ EVM ਮਸ਼ੀਨਾਂ ਬੱਸਾਂ ਦੇ ਰਾਹੀਂ ਵੱਖ ਵੱਖ ਪੋਲਿੰਗ ਸਟੇਸ਼ਨਾਂ ਦੇ ਉੱਤੇ ਜਿਹੜੀਆਂ ਕਿ ਕੁਝ ਹੀ ਦੇਰ ਦੇ ਵਿੱਚ ਪਹੁੰਚ ਜਾਣਗੀਆਂ। ਤਾਂ ਗਰਮੀ ਜ਼ਿਆਦਾ ਹੋਣ ਕਰਕੇ ਪੱਖਿਆਂ ਦਾ ਜਿਹੜਾ ਕਿ ਇੰਤਜ਼ਾਮ ਕੀਤਾ ਗਿਆ, ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕੀਤਾ ਗਿਆ, ਤਾਂ ਤਿਆਰੀਆਂ ਜਿਹੜੀਆਂ ਨੇ ਪ੍ਰਸ਼ਾਸਨ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ SCD ਗੌਰਮੈਂਟ ਕਾਲਜ ਆਫ ਬੋਆਏ ਤੋਂ, ਜਿੱਥੇ EVM ਮਸ਼ੀਨਾਂ ਜਿਹੜੀਆਂ ਨੇ ਡਿਸਟ੍ਰੀਬਿਊਟ ਜਿਹੜੀ ਕਰ ਦਿੱਤੀਆਂ ਗਈਆਂ ਨੇ ਤਾਂ ਪੋਲਿੰਗ ਏਜੰਟਾਂ ਨੂੰ ਸੌਂਪ ਦਿੱਤੀਆਂ ਗਈਆਂ ਨੇ। ਤਾਂ ਹੁਣ ਪੋਲਿੰਗ ਏਜੰਟ ਜਿਹੜੇ ਨੇ ਇੱਥੋਂ ਪ੍ਰੋਪਰ ਇਹਨਾਂ ਦੇ ਨਾਲ ਸਿਕਿਉਰਿਟੀ ਹੋਵੇਗੀ, ਤਾਂ ਬੱਸਾਂ ਦੇ ਜ਼ਰੀਏ ਜਿਹੜੇ ਕਿ ਵੱਖ ਵੱਖ ਪੋਲਿੰਗ ਬੂਥਾਂ ਦੇ ਉੱਤੇ EVM ਮਸ਼ੀਨਾਂ ਲੈ ਕੇ ਪਹੁੰਚਣਗੇ। ਤਾਂ ਦੂਜੇ ਪਾਸੇ ਦੀ ਵੀ ਤਸਵੀਰਾਂ ਮੈਂ ਆਪਣੇ ਸਹਿਯੋਗੀ ਮਨੀਸ਼ ਨੂੰ ਕਹੂੰਗਾ ਦੂਜੇ ਪਾਸੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇ। ਤਾਂ ਸਟਰੋਂਗ ਰੂਮ ਤੋਂ ਹੁਣ EVM ਜਿਹੜੀਆਂ ਨੇ ਉਹ ਡਿਸਟ੍ਰੀਬਿਊਟ ਕਰ ਦਿੱਤੀਆਂ ਗਈਆਂ ਨੇ। ਤਾਂ ਹੁਣ ਪੋਲਿੰਗ ਏਜੰਟਾਂ ਨੂੰ ਜਿਹੜੀਆਂ ਕਿ EVM ਮਸ਼ੀਨਾਂ ਨੇ ਉਹ ਸੌਂਪ ਦਿੱਤੀਆਂ ਗਈਆਂ ਨੇ, ਤਾਂ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਕਾਗਜ਼ੀ ਕਾਰਵਾਈ ਹੈ ਉਹ ਕੀਤੀ ਜਾ ਰਹੀ ਹੈ। ਅਤੇ ਇਸ ਤੋਂ ਬਾਅਦ ਹੁਣ ਬੱਸਾਂ ਦੇ ਜ਼ਰੀਏ ਪੋਲਿੰਗ ਬੂਥਾਂ ਦੇ ਉੱਤੇ EVM ਮਸ਼ੀਨਾਂ ਜਿਹੜੀਆਂ ਨੇ ਉਹ ਪਹੁੰਚਦੀਆਂ ਹੋਈਆਂ ਨਜ਼ਰ ਆਉਣਗੀਆਂ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਲੁਧਿਆਣਾ ਤੋਂ ਸਾਂਝੀਆਂ ਕਰ ਰਹੇ ਹਾਂ। ਹਾਲਾਂਕਿ ਚੈਲੰਜ ਬਣਿਆ ਹੋਇਆ ਕਿਉਂਕਿ ਹੋਟਵੇਵ ਹੋਣ ਦੇ ਕਾਰਨ ਵੋਟਿੰਗ ਪ੍ਰਸੈਂਟ ਕਾਫੀ ਘੱਟ ਹੁੰਦੇ ਹੋਏ ਨਜ਼ਰ ਆ ਰਹੇ ਨੇ। ਤਾਂ ਲੁਧਿਆਣਾ DC ਮੁੱਖ ਚੋਣ ਅਫਸਰ ਦੇ ਵੱਲੋਂ ਵੀ ਕਿਹਾ ਗਿਆ ਕਿ ਅਮੂਮਨ ਦੇਖਿਆ ਜਾਂਦਾ ਕਿ 65% ਜਿਹੜੀ ਕਿ ਪੋਲਿੰਗ ਹੈ ਉਹ ਲੁਧਿਆਣਾ ਵਿੱਚ ਹੁੰਦੀ ਹੈ, ਪਰ ਇਸ ਵਾਰ ਅਸੀਂ ਕੋਸ਼ਿਸ਼ ਕਰਾਂਗੇ ਕਿ 70% ਜਿਹੜੀ ਕਿ ਪੋਲਿੰਗ ਹੈ ਉਹ ਹੋਵੇ। ਤਾਂ ਵੱਖ ਵੱਖ ਤਰ੍ਹਾਂ ਦੀਆਂ ਫੈਸਿਲਿਟੀਆਂ ਜਿਹੜੀਆਂ ਕਿ ਉਹ ਵੀ ਦਿੱਤੀਆਂ ਗਈਆਂ ਨੇ, ਪਿੰਕ ਪੋਲਿੰਗ ਬੂਥ ਬਣਾਏ ਗਏ ਨੇ, ਗ੍ਰੀਨ ਪੋਲਿੰਗ ਬੂਥ ਬਣਾਏ ਗਏ ਨੇ, ਪਿਕ ਐਂਡ ਡ੍ਰੋਪ ਦੀ ਜਿਹੜੀ ਕਿ ਸਰਵਿਸ ਆ ਉਹ ਦਿੱਤੀ ਗਈ ਹੈ। 85+ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਘਰ ਤੋਂ ਹੀ ਵੋਟ ਪਾਉਣ ਦੀ ਫੈਸਿਲਿਟੀ ਉਹ ਦਿੱਤੀ ਗਈ ਸੀ, ਉਹਨਾਂ ਦੀ ਵੋਟ ਪੈ ਚੁੱਕੀ ਹੋਈ ਹੈ। ਤਾਂ ਵੱਖ ਵੱਖ ਤਰ੍ਹਾਂ ਦੀਆਂ ਜਿਹੜੀਆਂ ਕਿ ਫੈਸਿਲਿਟੀਆਂ ਨੇ ਉਹ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ। ਤਾਂ ਹੁਣ EVM ਮਸ਼ੀਨਾਂ ਇੱਥੋਂ ਹੁਣ ਕੁਝ ਹੀ ਦੇਰ ਦੇ ਵਿੱਚ ਜਾਂਦੀਆਂ ਹੋਈਆਂ ਨਜ਼ਰ ਆਉਣਗੀਆਂ। ਤਾਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਲੁਧਿਆਣਾ SCD ਗੌਰਮੈਂਟ ਕਾਲਜ ਆਫ ਬੋਆਇਜ਼ ਤੋਂ, ਜਿੱਥੇ ਹੁਣ EVM ਮਸ਼ੀਨਾਂ ਆਪੋ ਆਪਣੇ ਪੋਲਿੰਗ ਬੂਥਾਂ 'ਤੇ ਪਹੁੰਚਦੀਆਂ ਹੋਈਆਂ ਨਜ਼ਰ ਆਉਣਗੀਆਂ। ਤਾਂ ਸੁਰੱਖਿਆ ਨੂੰ ਲੈ ਕੇ ਵੀ ਪੁਖਤਾ ਇੰਤਜ਼ਾਮ ਕੀਤੇ ਗਏ ਨੇ, ਪੈਰਾਮਿਲਟਰੀ ਫੋਰਸ ਹੈ ਉਹ ਤੈਨਾਤ ਕੀਤੀ ਗਈ ਹੈ, ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਅਫਸਰ ਜਿਹੜੇ ਨੇ ਤੈਨਾਤ ਕੀਤੇ ਗਏ ਨੇ। ਤਾਂ ਹੁਣ ਪੋਲਿੰਗ ਬੂਥਾਂ ਦੇ ਉੱਤੇ EVM ਮਸ਼ੀਨਾਂ ਜਾਣੀਆਂ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ, ਡਿਸਟ੍ਰੀਬਿਊਟ ਕੀਤੀਆਂ ਗਈਆਂ ਸੀ ਕੁਝ ਹੀ ਦੇਰ ਪਹਿਲਾਂ। ਲੁਧਿਆਣਾ DC ਇੱਥੇ ਪਹੁੰਚਦੇ ਨੇ, ਮੁੱਖ ਚੋਣ ਅਫਸਰ ਉਹਨਾਂ ਦੇ ਵੱਲੋਂ ਗੱਲਬਾਤ ਕੀਤੀ ਜਾਂਦੀ ਹੈ, ਜਿੰਨੇ ਵੀ ਪੋਲਿੰਗ ਏਜੰਟ ਇੱਥੇ ਪਹੁੰਚੇ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ, ਟ੍ਰੇਨਿੰਗ ਦਿੱਤੀ ਜਾਂਦੀ ਹੈ, ਔਰ ਕਿਹਾ ਵੀ ਜਾਂਦਾ ਕਿ ਉਹਨਾਂ ਦੇ ਖਾਣ ਪੀਣ ਦੇ ਲਈ ਵੀ ਖਾਸ ਜਿਹੜੇ ਕਿ ਪ੍ਰਬੰਧ ਨੇ ਉਹ ਰੱਖੇ ਗਏ ਨੇ। ਤਾਂ ਹੋਟਵੇਵ ਹੋਣ ਦੇ ਕਾਰਨ ਪ੍ਰਸ਼ਾਸਨ ਦੇ ਲਈ ਚੈਲੰਜ ਜ਼ਰੂਰ ਬਣਿਆ ਹੋਇਆ ਕਿ ਕਿਸ ਤਰ੍ਹਾਂ ਦੇ ਨਾਲ ਵੋਟਿੰਗ ਪ੍ਰਸੈਂਟ ਹੈ ਜਿਹੜੀ ਕਿ ਉਹ ਵਧਾਈ ਜਾਵੇ। ਤਾਂ
ਵੱਖ-ਵੱਖ ਪੋਲਿੰਗ ਏਜੰਟ ਜਿਹੜੇ ਇੱਥੇ ਮੌਜੂਦ ਨੇ ਅਤੇ ਇਸ ਤੋਂ ਬਾਅਦ ਹੁਣ ਬੱਸਾਂ ਦੇ ਜ਼ਰੀਏ ਨਾਲ ਇਹਨਾਂ ਦੇ ਸਿਕਿਉਰਿਟੀ ਹੋਵੇਗੀ, ਪੁਲਿਸ ਫੋਰਸ ਹੋਵੇਗੀ, ਪੈਰਾਮਿਲਟਰੀ ਫੋਰਸ ਦੀਆਂ ਟੁਕੜੀਆਂ ਹੋਣਗੀਆਂ, ਤਾਂ ਬੱਸਾਂ ਦੇ ਜ਼ਰੀਏ ਹੁਣ ਇਹ ਪੋਲਿੰਗ ਬੂਥਾਂ ਦੇ ਉੱਤੇ EVM ਮਸ਼ੀਨਾਂ ਪਹੁੰਚਦੀਆਂ ਹੋਈਆਂ ਨਜ਼ਰ ਆਉਣਗੀਆਂ। EVM ਮਸ਼ੀਨਾਂ ਜਿਹੜੀਆਂ ਕਿ ਵੰਡ ਦਿੱਤੀਆਂ ਗਈਆਂ ਨੇ ਤਾਂ ਹੁਣ ਕੁਝ ਹੀ ਦੇਰ ਦੇ ਵਿੱਚ ਉੱਥੇ ਪਹੁੰਚ ਜਾਣਗੀਆਂ, ਤਾਂ ਕੱਲ੍ਹ ਨੂੰ ਜਿਹੜੀ ਕਿ 7 ਵਜੇ ਜਿਹੜੀ ਕਿ ਵੋਟਿੰਗ ਹੈ ਉਹ ਸ਼ੁਰੂ ਹੋ ਜਾਵੇ। ਕੈਮਰਾ ਪਰਸਨ ਮਨੀਸ਼ ਨਾਲ ਹਿੰਮਤ ਸਿੰਘ ਦੀਪਾਲ ਦੈਨਿਕ ਸਵੇਰਾ ਲੁਧਿਆਣਾ। ਦੇਸ਼ ਦੁਨੀਆ ਕੀ ਹਰ ਖਬਰ ਸਭ ਪਹਿਲੇ ਦੇਖਣੇ ਕੇ ਲਈ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, ਐਕਸ ਔਰ ਵਟਸਐਪ ਚੈਨਲ ਪਰ।